ਜਿਹੜਾ ਅੱਜ ਫੈਸਲਾ ਲਿਆ ਗਿਆ ਦੋਨਾਂ ਮੋਰਚਿਆਂ ਵੱਲੋਂ ਮਿਲ ਕੇ, ਇਹ ਬੜਾ ਸਪਸ਼ਟ ਫੈਸਲਾ ਲਿਆ ਗਿਆ ਜਿਹੜਾ ਅਸੀਂ ਪ੍ਰੈਸ ਦੇ ਮਾਧਿਅਮ ਤੋਂ ਵੀ ਮਤਲਬ ਦੱਸਿਆ ਸਾਰਿਆਂ ਨੂੰ, ਤੇ ਅੱਜ ਇਸ ਵੀਡੀਓ ਦੇ ਮਾਧਿਅਮ ਤੋਂ ਵੀ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਫੈਸਲਾ ਲਿਆ ਗਿਆ ਕਿ 15 ਮਾਰਚ ਨੂੰ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭਕਰਨ ਦੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਅਸੀਂ 21 ਕਲਸ਼ ਤਿਆਰ ਕਰਕੇ ਉਹਨਾਂ ਦੀ ਅਸਥੀ ਕਲਸ਼ ਯਾਤਰਾ ਕਰਨ ਦਾ ਜੋ ਪ੍ਰੋਗਰਾਮ ਮੋਰਚਿਆਂ ਨੇ ਬਣਾਇਆ ਉਹ ਸ਼ੁਰੂ ਕਰਾਂਗੇ। ਉਥੋਂ ਕਲਸ਼ ਲੈ ਕੇ ਅਸੀਂ 3 ਮੋਰਚਿਆਂ ਦੇ ਵਿੱਚ ਜਿਹੜੇ ਸ਼ੰਭੂ, ਖਨੌਰੀ ਤੇ ਫਤਿਹਾਬਾਦ ਜੋ ਸਾਡਾ ਧਰਨਾ ਚੱਲਦਾ ਹੈ, ਇਹਨਾਂ 3 ਧਰਨਿਆਂ ਦੇ ਉੱਤੇ ਇਹ ਸਾਰੇ ਕਲਸ਼ ਆ ਜਾਣਗੇ। ਇਸ ਤੋਂ ਅੱਗੇ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸਟੇਟਾਂ ਰਹਿੰਦੀਆਂ ਹੋਣਗੀਆਂ, ਅਗਰ 15 ਤਰੀਕ ਨੂੰ ਨਹੀਂ ਮੌਕੇ ਤੇ ਪਹੁੰਚ ਸਕਣਗੀਆਂ ਦੂਰ ਦਰੇਡੇ ਵਾਲੀਆਂ, ਉਹਨਾਂ ਸਾਰੀਆਂ ਸਟੇਟਾਂ ਦੇ ਆਗੂਆਂ ਨੂੰ ਅਸੀਂ ਬੁਲਾ ਕੇ ਸਾਰਿਆਂ ਨੂੰ ਉਹ ਕਲਸ਼ ਯਾਤਰਾ ਉਹਨਾਂ ਨੂੰ ਕਰਨ ਦੇ ਲਈ ਉਹ ਜਿਹੜੇ ਅਸਥੀ ਕਲਸ਼ ਨੇ ਉਹਨਾਂ ਨੂੰ ਹੈਂਡ ਓਵਰ ਕਰਾਂਗੇ। ਜਿਹੜਾ ਸਾਡਾ ਫਤਿਹਾਬਾਦ ਦੇ ਵਿੱਚ ਕਲਸ਼ ਜਾਏਗਾ, ਉਸ ਫਤਿਹਾਬਾਦ ਵਾਲੇ ਧਰਨੇ ਤੋਂ ਹਰਿਆਣੇ ਵਾਲੇ ਵੀਰ ਆ ਜਿੰਨੇ ਵੀ ਅਲੱਗ ਅਲੱਗ ਜ਼ਿਲ੍ਹਿਆਂ ਚ, ਜਿਵੇਂ ਕਿ ਹਰਿਆਣੇ ਵਾਲਿਆਂ ਦਾ ਪ੍ਰੋਗਰਾਮ ਬਣਿਆ ਹੋਇਆ ਹੈ, ਐਸਕੇਐਮ ਨਾਨ ਪੋਲੀਟੀਕਲ ਦਾ ਹਿੱਸਾ ਜਥੇਬੰਦੀਆਂ ਵੱਲੋਂ, ਕਿ ਉਹ ਸਾਰੀਆਂ ਜਥੇਬੰਦੀਆਂ ਫਤਿਹਾਬਾਦ ਤੋਂ ਕਲਸ਼ ਅਲੱਗ ਅਲੱਗ ਲੈ ਕੇ ਜਿਵੇਂ ਸਿਰਸਾ ਵਾਸਤੇ, ਸੋਨੀਪਤ ਵਾਸਤੇ, ਹਿਸਾਰ, ਪਾਣੀਪਤ, ਚਰਖੀ ਦਾਦਰੀ, ਕੈਥਲ, ਜੀਂਦ ਆਦਿ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੁੰਦਾ ਹੋਇਆ, ਇਸ ਯਾਤਰਾ ਨੂੰ 22 ਮਾਰਚ ਨੂੰ ਹਿਸਾਰ ਜ਼ਿਲ੍ਹੇ ਦੇ ਪਿੰਡ ਮਾਜਰਾ ਪਿਓ ਇੱਕ ਵੱਡੀ ਸਾਡੇ ਉਸ ਸ਼ਹੀਦ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਰੋਹ ਵੱਡਾ ਇਕੱਠ ਕਰਕੇ ਇਸ ਪ੍ਰੋਗਰਾਮ ਨੂੰ ਉੱਥੇ ਸੰਪੰਨ ਕੀਤਾ ਜਾਏਗਾ। ਇਸੇ ਤਰ੍ਹਾਂ ਦੂਸਰੇ ਮੋਰਚੇ ਵੱਲੋਂ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਅੰਬਾਲਾ ਦੇ ਨੇੜੇ ਮੋੜਾ ਮੰਡੀ ਦੇ ਵਿੱਚ ਉਸ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਘੁਮਾ ਕੇ ਉਹਨਾਂ ਨੇ 31 ਮਾਰਚ ਨੂੰ ਇਹ ਸਾਰੇ ਦਾ ਸਾਰਾ ਜਿਸ ਤਰੀਕੇ ਦੇ ਨਾਲ ਪਹਿਲਾਂ ਇਕੱਠ ਹੋਣਾ ਉਵੇਂ ਹੀ ਇੱਥੇ ਇਕੱਠ ਕਰਕੇ ਸਾਡੇ ਉਸ ਸ਼ਹੀਦ ਦੀ ਯਾਦ ਵਿੱਚ ਸ਼ਹੀਦੀ ਸਮਾਰੋਹ ਕੀਤਾ ਜਾਣਾ ਹੈ। ਔਰ ਉਸ ਤੋਂ ਅੱਗੇ ਜਿਹੜਾ ਮੋਰਚੇ ਨੇ ਹੋਰ ਅੱਗੇ ਜੋ ਫੈਸਲਾ ਲਿਆ ਕਿ ਪੂਰੇ ਇਹ ਜਿਹੜੀ ਕਲਸ਼ ਯਾਤਰਾ ਨਿਕਲਣੀ ਹੈ ਇਹ ਇੱਥੋਂ ਤੱਕ ਹੀ ਨਾ ਸੀਮਿਤ ਮੰਨ ਲਈ ਜਾਏ ਕਿ ਕੇਵਲ ਹਰਿਆਣੇ ਦਾ ਨਾਂ ਲਿਆ ਹਰਿਆਣੇ ਚ ਹੀ, ਨਹੀਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਇਹ ਪੂਰੇ ਭਾਰਤ ਦੇ ਵਿੱਚ ਜਾਣਾ। ਜਿਹੜੇ ਜਿਹੜੀਆਂ ਸਟੇਟਾਂ ਇੱਥੇ ਕੱਲ ਆਪਣਾ 15 ਤਰੀਕ ਨੂੰ ਹਾਜ਼ਰ ਹੋ ਜਾਣਗੀਆਂ ਉਹ ਆਪਦੇ ਕਲਸ਼ ਲੈ ਜਾਣਗੀਆਂ, ਜਿਹੜੀਆਂ ਜਿਹੜੀਆਂ ਸਟੇਟਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਮੇਂ ਨਾਲ ਬੁਲਾ ਕੇ ਉਹ ਸਾਰਿਆਂ ਨੂੰ ਹੈਂਡਓਵਰ ਕਰਾਂਗੇ। ਇਹ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਏਗੀ। ਅਗਲਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭਕਰਨ ਦੀ ਇਸ ਸ਼ਹਾਦਤ ਨੂੰ ਪੂਰੇ ਦੇਸ਼ ਦੇ ਵਿੱਚ ਲਿਜਾਣ ਦੇ ਲਈ ਹਰ ਪਿੰਡ ਦੇ ਵਿੱਚ ਇੱਕ ਚੁਰਾਹਿਆਂ ਦੇ ਵਿੱਚ ਜਿੱਧਰੋਂ ਜਿੱਧਰੋਂ ਵੀ ਸੜਕਾਂ ਪਿੰਡਾਂ ਦੇ ਵਿੱਚ ਬਣਦੀਆਂ ਨੇ ਹਰੇਕ ਸੜਕ ਦੇ ਮੇਨ ਗੇਟ ਦੇ ਉੱਤੇ ਉਹਨਾਂ ਦਾ ਇੱਕ ਵੱਡਾ ਬੈਨਰ ਬਣਾ ਕੇ ਉਹ ਲੱਗੇਗਾ ਜਿਹਦੇ ਵਿੱਚ ਸ਼ੁਭਕਰਨ ਦੀ ਫੋਟੋ ਹੋਏਗੀ ਵੱਡੀ, ਉਹਦੇ ਉੱਪਰ ਲਿਖਿਆ ਜਾਏਗਾ ਕਿ ਮੇਰਾ ਕੀ ਕਸੂਰ ਸੀ, ਥੱਲੇ ਉਹ ਲਿਖਿਆ ਜਾਏਗਾ ਕਿ ਮੈਂ ਭਾਰਤ ਸਰਕਾਰ ਤੋਂ ਆਹਾ ਆਹਾ ਮੰਗਾਂ ਲੈਣ ਗਿਆ, ਕੀ ਇਹ ਭਾਰਤ ਸਰਕਾਰ ਨੇ ਸਾਡੇ ਨਾਲ ਵਾਅਦੇ ਨਹੀਂ ਕੀਤੇ ਸੀ,
ਇਹ ਸਾਰੇ ਸਵਾਲ ਹੋਣਗੇ। ਸ਼ੁਭ ਕਰਨ ਦੇ ਮੂੰਹੋਂ ਸਾਡੀਆਂ ਪੋਲੀਟੀਕਲ ਧਿਰਾਂ ਦੇ ਉੱਤੇ ਸਵਾਲ ਹੋਣਗੇ। ਇਸੇ ਤਰ੍ਹਾਂ ਅੱਗੇ ਜਾ ਕੇ ਜਦੋਂ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਜਿਹੜੀਆਂ ਬੀਜੇਪੀ ਦਾ ਹਿੱਸਾ ਨੇ ਜਾਂ ਉਹਦੇ ਸਮਰਥਕ ਜਿਹੜੀਆਂ ਧਿਰਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਹਿਯੋਗੀ ਜਿਹੜੀਆਂ ਗੱਠਜੋੜ ਕਰਨ ਵਾਲੀਆਂ ਉਹਨਾਂ ਸਾਰੀਆਂ ਤੇ ਸਵਾਲ ਹੋਣਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ। ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦੇ ਕੋਲੋਂ ਇਹ ਸਾਡੇ ਪਿੰਡ ਦੀ ਲੋਕ, ਸਾਡੇ ਪਿੰਡ ਦੀ ਇਕਾਈ, ਪਿੰਡ ਦੀ ਸੰਗਤ, ਇਸੇ ਤਰ੍ਹਾਂ ਸ਼ੁਭ ਕਰਨ ਦੀ ਫੋਟੋ ਵਾਲਾ ਔਰ ਉਹੀ ਮੰਗਾਂ ਵਾਲਾ ਇੱਕ ਬੈਨਰ ਲੈ ਕੇ ਉਹਨਾਂ ਦੇ ਕੋਲੇ ਜਾਣਗੇ। ਉਹਨਾਂ ਦੇ ਕੋਲੋਂ ਉਹੀ ਸ਼ੁਭ ਕਰਨ ਦੇ ਮੂੰਹੋਂ ਨਿਕਲੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ। ਔਰ ਅਗਰ ਸ਼ਾਂਤਮਈ ਢੰਗ ਦੇ ਨਾਲ ਬਣਦਾ ਫਰਜ਼ ਉੱਥੇ ਆਇਆਂ ਦਾ ਜਵਾਬ ਦੇਣ, ਅਗਰ ਉਹ ਜਵਾਬ ਦੇਣ ਤੋਂ ਵੀ ਭੱਜਦੇ ਨੇ, ਉਹ ਜਵਾਬ ਦੇਣ ਵਾਲੇ ਪਿੰਡ ਚ ਖੜਦੇ ਨਹੀਂ, ਤਾਂ ਫੇਰ ਮਜਬੂਰੀ ਬਸ। ਹਾਲਾਂਕਿ ਸਾਡਾ ਕੋਈ ਨਿਸ਼ਾਨਾ ਨਹੀਂ ਕਿਸੇ ਦਾ ਉਸ ਥਾਂ ਦੇ ਉੱਤੇ ਵਿਰੋਧ ਕਰਨ ਦਾ, ਲੇਕਿਨ ਫੇਰ ਵੀ ਅਗਰ ਉਹ ਸਾਡੇ ਸਵਾਲਾਂ ਦੇ ਜਵਾਬ ਤੋਂ ਵੀ ਭੱਜਦੇ ਨੇ, ਫੇਰ ਮਜਬੂਰੀ ਬਸ ਕਾਲੇ ਝੰਡੇ ਵਿਖਾਉਣੇ ਪੈ ਸਕਦੇ ਨੇ। ਉਹਨੇ ਉਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਬਣਿਆ ਹੋਇਆ, ਇਹ ਪੂਰੇ ਭਾਰਤ ਦੇ ਵਿੱਚ ਇਸ ਪ੍ਰੋਗਰਾਮ ਨੇ ਚੱਲਣਾ। ਸੋ ਇੰਨੀ ਕੁ ਅਸੀਂ ਇਹ ਤੈਅ ਕੀਤਾ ਜਿਹੜਾ ਪ੍ਰੋਗਰਾਮ ਤੈਅ